ਲਓ ਜੀ ਅਸਲਾਮ ਵਾਲੇਕੁਮ ਜਨਾਬ। ਮਾਸ਼ਾਅੱਲਾ ਘੋੜੇ ਜਨਾਬ ਆ ਰਹੇ ਜੀ, ਹੋਰ ਜ਼ਿਆਦਾ ਘੋੜੇ ਆ ਰਹੇ ਨੇ। ਇਹ ਦੇਖੋ ਇੱਕ ਸਾਵਾ ਇਹ ਲੱਗਿਆ ਹੋਇਆ ਜੇ, ਕਹਿ ਗੱਡੀ ਤੋਂ ਗੱਡੀ ਲੱਗਣ ਲੱਗੀ ਜੇ। ਬਹੁਤ ਮਾਸ਼ਾਅੱਲਾ ਖੂਬਸੂਰਤ ਜਨਾਬ ਜਾਨਵਰ ਆ ਕੇ ਲੱਗੇ ਜੇ। ਇੱਕ ਇਹ ਗੱਡੀ ਆਈ ਜੇ ਇਹ ਜਾਨਵਰਾਂ ਦੀ, ਅਤੇ ਇੱਕ ਗੱਡੀ ਇਹ ਆਈ ਜੇ, ਇਹ ਘੋੜੇ ਲੈਣ ਲੱਗੇ ਜੇ ਮੰਡੀ ਦੇ ਵਿੱਚ। ਮਾਸ਼ਾਅੱਲਾ ਤੁਹਾਨੂੰ ਘੋੜੇ ਵੀ ਦਿਖਾਉਣੇ ਆ ਜੀ, ਖੂਬਸੂਰਤ ਸਾਫ ਸੁਥਰੇ ਘੋੜੇ ਹੈਗੇ ਨੇ। ਇਹ ਵੀ ਡਾਲਾ ਜਿਹੜਾ ਹੈਗਾ ਜੀ, ਘੋੜੇ ਲੈ ਕੇ ਆਇਆ, ਇਹ ਘੋੜੇ ਨੂੰ ਉਤਾਰਨਗੇ। ਅਤੇ ਇੱਥੇ ਮਾਸ਼ਾਅੱਲਾ ਲੋਕ ਜਿਹੜੇ ਨੇ ਪਹਿਲੇ ਤੋਂ ਜਨਾਬ ਖੜ੍ਹੇ ਨੇ ਸਾਫ ਸੁਫ ਘੋੜੇ ਲੈਣ ਵਾਸਤੇ, ਕਿਉਂਕਿ ਅੱਗੇ ਮੰਡੀ ਦੇ ਵਿੱਚ ਕੁਛ ਘੋੜੇ ਜਿਹੜੇ ਨੇ ਡਾਊਨ ਨੇ, ਸਿਹਤ ਤੋਂ ਜ਼ਰਾ ਡਾਊਨ ਹੈਗੇ ਨੇ, ਅਤੇ ਇਸ ਵਾਸਤੇ ਸਾਫ ਸੁਥਰੇ ਆਏ ਨੇ ਘੋੜੇ। ਅਤੇ ਚਲੋ ਜ਼ਰਾ ਤੁਹਾਨੂੰ ਦਿਖਾਉਣੇ ਆ ਅਤੇ ਇਸ ਡਾਲੇ ਦੇ ਵਿੱਚ ਘੋੜੇ ਕਿਸ ਤਰ੍ਹਾਂ ਦੇ ਆਏ ਹਨ। ਅਤੇ ਜਨਾਬ ਇਹ ਜਿਹੜੇ ਬੰਦੇ ਖੜੋਤੇ ਹੋਏ ਜੇ, ਇਹ ਤਕਰੀਬਨ ਅੱਧੇ ਬੰਦੇ ਜਿਹੜੇ ਹੈਗੇ ਨੇ, ਅੱਧੇ ਨਾਲੋਂ ਜ਼ਿਆਦਾ ਸਾਰੇ ਵਪਾਰੀ ਹੈਗੇ ਨੇ। ਬਸ ਇਹ ਸਮਝ ਲਓ ਕਿ ਮੰਡੀ ਦੇ ਵਿੱਚ ਇੱਥੇ ਜਾਨਵਰ ਜਿਹੜੇ ਆਉਂਦੇ ਨੇ, ਇੱਥੇ ਲੰਘਦੇ ਨੇ, ਇੱਥੇ ਲੈਂਦੇ ਨੇ। ਉਹਨਾਂ ਦਾ ਮਕਸਦ ਇਹ ਹੁੰਦਾ ਕਿ ਜਾਨਵਰ ਅਸੀਂ ਇੱਥੋਂ ਇਹਨਾਂ ਕੋਲੋਂ ਲੈ ਲਈਏ ਅਤੇ ਇੱਥੋਂ ਫਿਰ ਸਸਤੇ ਪੈਸਿਆਂ ਦਾ ਇਹਨਾਂ ਕੋਲੋਂ ਪਿੰਡਾਂ ਦੇ ਵਿੱਚੋਂ ਜਿਹੜੇ ਲੋਕ ਲੈ ਕੇ ਆਉਂਦੇ ਨੇ ਇਹਨਾਂ ਕੋਲੋਂ, ਅਸੀਂ ਇਹ ਜਾਨਵਰ ਲੈ ਲਈਏ ਅਤੇ ਅੱਛੀ ਕੀਮਤ ਦੇ ਉੱਤੇ ਫਿਰ ਅਸੀਂ ਵੇਚੀਏ। ਅਤੇ ਇਹਨਾਂ ਦੇ ਵਿੱਚ ਚੰਦ ਬੰਦੇ ਆ ਵੇਖੋ ਤੁਹਾਨੂੰ ਨਜ਼ਰ ਆਉਂਦੇ ਹੋਣਗੇ ਜਿਹੜੇ ਵਪਾਰੀ ਨੇ, ਔਰ ਜ਼ਿਆਦਾਤਰ ਲੋਕ ਉਹ ਨੇ ਜਿਹੜੇ ਅਮੀਨਪੁਰ ਬੰਗਲਾ ਜਾਨਵਰ ਲੈ ਕੇ ਆਉਂਦੇ ਨੇ, ਕਿਉਂਕਿ ਪਿਛਲੇ ਦਫ਼ਾ ਮੰਡੀ ਲੱਗੀ ਨਹੀਂ, ਹੁਣ ਇਸ ਦਫ਼ਾ ਜਿਹੜੇ ਨੇ ਇੱਥੇ ਜਾਨਵਰ ਲੈ ਕੇ ਆਏ ਨੇ ਵੇਚਣ ਵਾਸਤੇ। ਔਰ ਨਾਲ ਹੀ ਇਹ ਗੱਡੀ ਵੀ ਲੱਗੀ ਸ਼ਾਹਜ਼ੋਰ, ਇਹ ਵੀ ਜਾਨਵਰ ਜਿਹੜੇ ਹੈਗੇ ਨੇ ਇਹਦੇ ਵਿੱਚ ਵੀ ਆਏ ਨੇ, ਲੇਕਿਨ ਇਹਦੇ ਵਿੱਚ ਜਾਨਵਰ ਜਿਹੜਾ ਇਹ ਕੋਤਾ ਨਿਕਲਿਆ ਜੀ, ਤਿੰਨ ਜਾਨਵਰ ਇਹ ਨੇ, ਤਿੰਨ ਘੋੜੀਆਂ। ਇਹ ਵੀ ਜਾਨਵਰ ਸਾਫ਼ ਨੇ ਅਤੇ ਇਹ ਦੇਖੋ ਇਹ ਬੰਦਾ, ਇਹ ਵਪਾਰੀ ਹੈਗਾ ਜਿਹੜਾ ਉੱਤੇ ਚੜਾਇਆ ਜਾਂਦਾ ਜੀ। ਜ਼ਿਆਦਾਤਰ ਤੁਸੀਂ ਵੇਖਿਆ ਹੋਵੇਗਾ ਅਮੀਨਪੁਰ ਦੇ ਵਿੱਚ ਵੀ ਇਹ ਘੋੜੀਆਂ ਆਪਣੀਆਂ ਵੇਚਦਾ, ਇਹ ਵਾਲਾ ਇਹੋ ਹੀ ਜਾਨਵਰ, ਇਹੋ ਹੀ ਜਾਨਵਰ ਲੈ ਕੇ ਆਇਆ ਜੇ ਇਹ ਤਾਂਦਲਾ ਮੰਡੀ ਦੇ ਵਿੱਚ। ਜ਼ਿਆਦਾਤਰ ਲੋਕ ਜਨਾਬ ਇੱਥੇ ਤਾਂ ਹੀ ਆਉਂਦੇ ਪਏ ਨੇ ਕਿ ਅਮੀਨਪੁਰ ਮੰਡੀ ਨਹੀਂ ਲੱਗੀ, ਅਤੇ ਹੁਣ ਇਹ ਜਾਨਵਰ ਆਪਣੇ ਇੱਥੇ ਸੇਲ ਕਰਨ ਵਾਸਤੇ ਲੈ ਕੇ ਆਇਆ। ਜੁਦੀ ਦੂਜੀ ਤਰਫ ਜੀ ਇੱਕ ਘੋੜੀ ਆ ਨਿਕਲੀ ਜੀ, ਮਾਠੀ ਘੋੜੀ। ਜ਼ਿਆਦਾਤਰ ਬੰਦਿਆਂ ਦਾ ਤਵੱਜੋ ਦਾ ਮਰਕਜ਼ ਇਹ ਬਣਿਆ ਜੇ ਘੋੜਾ, ਇਹ ਜਾਨਵਰ ਜੇ ਇੱਕ ਨੁਕਰੀ। ਆਪਣੇ ਰਿਸ਼ਤੇਦਾਰਾਂ ਲੈਂਦੇ ਨੇ, ਮੈਂ ਲੈਣ ਤੱਕ ਲਿਆਜ਼
लो जी जानवर उतर गए सारे, ते ऐ जानवर जे और इन्हे बंदे वेखे जनाब कभी भी उन्हें ज्यादा पैसे नहीं मंगने, वो जो वेखे गाहक ज्यादा लगे खड़े ने उन्हें रेट ही चक देना, रेट इन्ना क चक देना कि इन्होंने रेट सुन के तो भर जाना। लो जी ऐ घोड़े तो शुरू करने जी, जी बिस्मिल्लाह जी वाल किया शुक्र अदा जी माशाल्लाह वाह अल्हम्दुलिल्लाह। केड़ी जगह तो आए जी? अस ये तो तावले दे हैं ते साडा भी चैनल बनाया है, साडा भी पाक एनिमल टीवी। पाक एनिमल? हां जी पाक एनिमल। अच्छा 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 मैं देखया सी मेरा ख्याल पाक एनिमल टीवी। लो जी माशाल्लाह दिखाने जी तुम जानवर, तो एक वेखो नुकरी होंगी होंगी रह गई छापेदार नुकरी, तो अस्सलाम वालेकुम। वालेकुम सलाम। अच्छा जनाब ये दसो इनकी उम्र कितनी? उम्र 4 जी। 4? तो कद कितना को है? कद 60 है। रुपये 5 लाख पूरे? हाँ जी बेशक आ भी और समझ जाओ 5 लाख। पाँच लाख अल्लाह देगा तेन 5 लाख। लो जी दसो इन्होंने बंदे के बच्चे कड़े 5 लाख देगा? अल्लाह ही देगा। अभी जो है सारे सुन लो ये तो इन्हें थोड़े को 5 लाख रुपया लेना है बस ये जेन के रखो जे तो है जे तो घोड़ा देख लो इन्हें तो लै गया जे। किधर गया मोहम्मद नवाज? किधर गया लो जनाब माशाल्लाह जी। लो जी माशाल्लाह तुहानू दिखाना जी 7 लाख घोड़ा की ना कर ले लवण वाला तोड़े रंगे जवान जान बंदे आ गए। लो जनाब अब लैन वाले ही खलोते हुए ने आपा को अल्लाह दे कोई तो तगेरे काम कर देना लैन नहीं नहीं टिचना नहीं आपा करना उड़दा जांदा अच्छी गल है अच्छी गल सोहनी तस्वीर तेरे घोड़े दे उत्ता चढ़दा पया हां नहीं चढ़ भी जावे तो भाई बैठ ते अच्छी गल है ओदे जी काम है बुजुर्ग साडी खिदमत वास्ते आंदा हां माशाल्लाह माशाल्लाह सोना जानवर है। ते उम्र कितनी को गई थी? उम्र तो 4 साल। 4 साल 4 साल खेड़दा? हां बैठदा बुइदा 7 लाख को नंबर नंबर हैगा जे को फोन नंबर है दसो बोलो 0335 हां जी 1850 246 ते की नाम की अपना या फिर शेर ते केड़ी जगह तो आए जी? जल्दी तरह वैसे किन्ना को कमी पेशी हो जाएगी मुल दी मंडी दी बेचते तो हो ही नहीं दा बंदा नहीं फिर भी यानी कि थोड़ा थोड़ा ही होएगा हो बहुत थोड़ा हो जाएगा नहीं बहुत थोड़ा नहीं अच्छा। ग्रेड वाला माल नहीं है नहीं नहीं वो तो गलत थोड़ी ठीक है मगर 7 लाख रुपया भी तो जनाब बहुत ओए आज 7 लाख दी अंदर की बच्चा जनाब परले पा तो शाह जोर आ ही जाएगी ओ नवा पाकिस्तान 7 लाख दी शाह जोर आ जंदी है तू वाला 7 लाख दा लगा कुछ कौन दे खलोती कर हुन मेरी गल सुन आ बंदा हुन या मेरे ही तू कपड़े देख ला मैं 7 लाख देने वाला जिन्हें घोड़ा लेना 7 लाख दे ये लेना 7 लाख दा शाह जो डालर ले आएगा जिन्हें बिल्कुल ले दिल्ली दा 3000 पर आ जड़ी शहन दे कोले डाले नहीं हुन ये तो साडे कोल भी हैगी है तुसी इस्तेमाल करो कार कमले ओ बोतरी जवानियां ने ओ यार ने गल दा सीरियस करदा पे के 7 लाख दा जिन्ने शौक करना है ओ 7 लाख रुपया दा की शौक कर चल से चल चल से चल आहा आसमान आले तो इन मुकाम के कैसे तेरे को शाक आई ने जड़ी देखो आ गोड़िया
ਉਹ ਬਚੇਰੀ ਖੁਆ ਦਿੱਤੀ ਉਹ ਮਾਰੇ ਦੰਡਾ ਪਰ ਨਹੀਂ ਕਰਦੇ।